आउज़ बिल्लाही में रजीम बिस्मिल्लाही रहीम। अस्सलाम वालेकुम दोस्तों कैसे हैं दोस्तों उम्मीद करता हूँ मेरे तमाम दोस्त खैरियत से होंगे तो मैं तो भाई अजर शाह तो रहे गिलानी गोड फार्म यूट्यूब चैनल तो दोस्तों वास्ते अब बिल्कुल सस्ता पैकेज लै के हाज़र जनाब बिलकुल ही सस्ता पैकेज रेट तुम्हें तो पहले ही दस देंगे हेके करके तसली तो जानवर पहले चैक करा दे ਤੇ ਗੁਜ਼ਾਰਿਸ਼ ਕਰਨਾ ਹੈ ਕਿ ਤੁਸੀਂ ਵੀਡੀਓ ਐਂਡ ਤੱਕ ਦੇਖਣੀ ਤਾਂ ਕਿ ਤੁਹਾਨੂੰ ਪੂਰੀ ਮਾਲੂਮਾਤ ਦੇ ਨਾਲ ਹਰ ਇੱਕ ਜਾਨਵਰ ਦੀ ਡਿਟੇਲ ਪੂਰੀ ਮਾਲੂਮਾਤ ਦੇਵਾਂਗੇ ਔਰ ਇਹਨਾਂ ਦੇ ਰੇਟ ਤੁਹਾਨੂੰ ਪਹਿਲੇ ਸ਼ੁਰੂ ਤੋਂ ਹੀ ਦੱਸ ਦੇਵਾਂਗੇ ਕਾਫੀ ਦੋਸਤ ਆਖਦੇ ਨੇ ਕਿ ਜਨਾਬ ਰੇਟ ਦੱਸਿਆ ਕਰੋ ਰੇਟ ਤੋਂ ਸ਼ੁਰੂ ਤੋਂ ਦੱਸਾਂਗੇ ਬਿਲਕੁਲ ਸਸਤਾ ਪੈਕੇਜ ਜਦੋਂ ਰੇਟ ਸੁਣਨਾ ਤੁਸੀਂ ਆਖਣਾ ਕਿ ਅਜ਼ਰ ਬਈ ਅੱਜ ਤੱਕ ਕਮਾਲ ਹੀ ਕਰ ਦਿੱਤੀ ਹੈ ਤੇ ਬਿਲਕੁਲ ਮناسب ਰੇਟਾਂ ਦੇ ਦੋਸਤਾਂ ਨੂੰ ਦੇਵਾਂਗੇ ਤੇ ਉਮਰਾਂ ਵੀ ਇਹਨਾਂ ਦੀ ਸਾਰੀ ਹਰ ਇੱਕ ਦਿਨ ਅਲੱਗ ਅਲੱਗ ਦੱਸਾਂਗੇ ਕਿ ਇਸ ਜਨਵਰੀ ਨੰਬਰ ਇਸ ਜਨਵਰੀ ਨੰਬਰੇ ਪੂਰੀ ਤਸੱਲੀ ਨਾਲ ਤੁਹਾਨੂੰ ਜਾਨਵਰ ਚੈੱਕ ਕਰਾਉਣੇ ਗੁਜ਼ਾਰਿਸ਼ ਕਰਨਾ ਕਿ ਜੇ ਨਾ ਦੋਸਾਂ ਹਾਈ ਤੱਕ ਮੇਰੇ ਚੈਨਲ ਗਿਲਾਨੀ ਗੋੜ ਫਰਮ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਵੀ ਦਬਾਓ ਤਾਂ ਕਿ ਇਸ ਤਰ੍ਹਾਂ ਦੀ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਇਹ 7 ਜਨਵਰਾਂ ਦੀ ਲਾਟ ਹੈ ਜਨਾਬ ਤਸੱਲੀ ਨਾਲ ਤੁਹਾਨੂੰ ਜਾਨਵਰ ਚੈੱਕ ਕਰੀਨੇ ਲੋ ਜਨਾਬੇ ਪਹਿਲੇ ਨੰਬਰ ਤੇ ਪੀਲੇ ਮੱਖੀ ਜੀ ਨੇ ਪ੍ਰੈਂਟ ਦੇ ਵਿੱਚ ਸਫੈਤ ਆਲ ਦਾ ਜਨਾਬ ਬਕਰਾ ਪਿਆ ਜਨਾਬ ਇਸ ਤੋਂ ਸ਼ੁਰੂ ਤੋਂ ਤੁਹਾਨੂੰ ਰੇਟ ਦੱਸ ਦਿੰਨੇ ਆ ਜਨਾਬ ਕੋਈ ਜ਼ਿਆਦਾ ਰੇਣੀ ਨਹੀਂ 32000 ਨਹੀਂ ਜਨਾਬ 55000 ਉਹ ਜਨਾਬ ਲਾੜ ਦੇਾਂਗੇ ਜਿਸ ਮੇਰੇ ਵੀਰ ਦੋਸਤ ਨੂੰ ਚਾਹੀਦੇ ਵੇ 55000 ਲਾੜ ਦਿਸਾਂ ਅੱਜ ਸਸਤਾ ਪੈਕੇਜੇ ਮੁਨਾਸਿਬ ਰੇਟ ਤੇ ਫਾਈਨਲ ਰੇਟ ਨੇ ਇਹ ਨਹੀਂ ਕਿ ਕਮੀ ਪੇਸ਼ੀ ਨਹੀਂ ਹੋਣੀ ਇਹ ਜਨਾ ਫਾਈਨਲ ਰੇਟ ਨੇ 5 5000 40 4000 ਅਲੇ ਜਾਨਵਰ ਜਨਾਬ ਤੁਹਾਨੂੰ 5 5000 ਦੇ ਦੇਾਂਗੇ ਇਨਸ਼ਾਅੱਲਾ ਬਾਕੀ ਜਨਾਬੇ ਪਹਿਲੇ ਨੰਬਰ ਤੇ ਆ ਗਿਆ ਹੁਣ ਤੁਸਲੀ ਨਾਲ ਤੁਹਾਨੂੰ ਸਾਰੇ ਜਾਨਵਰ ਚੈੱਕ ਰੇ ਨੇ ਸਾਰੇ ਜਾਨਵਰ ਤੁਸੀਂ ਤੁਸਲੀ ਨਾਲ ਚੈੱਕ ਕਰੋ ਰੇਟ ਤੁਹਾਨੂੰ ਦੱਸ ਦਿੱਤਾ ਤੇ ਪਹਿਲੇ ਜਾਨਵਰ ਦੀ ਤੁਹਾਨੂੰ ਉਮਰ ਦੱਸਣਾ ਭੁੱਲ ਗਏ 5 ਤੋਂ 6 ਮਹੀਨੇ ਉਮਰ ਹੈ ਜਨਾਬ ਤੇ ਇਹਦੇ ਜਨਾਬ 4 ਤੋਂ 5 ਮਹੀਨੇ ਉਮਰ ਹੈ ਤਸੱਲੀ ਨਾਲ ਦੋਸਤਾਂ ਨੂੰ ਜਾਨਵਰ ਚੈੱਕ ਕਰਾ ਦੇਣੇ ਆ ਦੂਸਰੇ ਨੰਬਰ ਤੇ ਆ ਗਿਆ ਲਾਲ ਮੱਖੀ ਜੀ ਨੇ ਬ੍ਰਾਂਡ ਦੇ ਵਿੱਚ ਸਫੈਦ ਆਖ ਦੇ ਵਿੱਚ ਢਿੱਲੀ ਚੰਬੜੀ ਦਾ ਜਨਾਬ ਵਧਣ ਵਾਲੀਆਂ ਚੀਜ਼ਾਂ ਨੇ ਪਈਆਂ ਇਹ ਜਨਾਬ ਚੈੱਕ ਕਰ ਸਕਦੇ ਨੇ ਬਾਕੀ ਇਹ ਜਨਾਬ ਰੇਟ ਤੁਹਾਨੂੰ ਦੱਸ ਦਿੱਤੇ ਨੇ ਬਿਲਕੁਲ ਹੀ ਮੁਨਾਸਬ ਇਸ ਤਰ੍ਹਾਂ ਦੇ ਗਿਲਾਨੀ ਗੋਟ ਫਾਰਮ ਤੇ ਪਹਿਲੀ ਵਾਰ ਜਨਾਬ ਸਸਤਾ ਪੈਕੇਜ ਤੁਹਾਨੂੰ ਲਾ ਕੇ ਦਿੱਤਾ ਇਹ ਦੂਸਰੇ ਨੰਬਰ ਤੇ ਆ ਗਿਆ तो उस तु बाद जनाब यह भी आ गया लाल मखी चीने प्रांड सफेद ताल जनाब जानवर है पिया तीसरे नंबर आ गया लाल मक्खी ने ये भी पाँच तू छः महीने उम्र है ये भी और जनाब बरीक दे जेल देी चीज़ है पासा फिरे ना पासा फिरे फिर ये जनाब चेक करो माशाला जबरदस्त चीज़ है भाई चेक कर सद रेट बिल्कुल ही मुनासिब नहीं पाया जनाब ਇਹ ਚੈੱਕ ਕਰ ਸਕਦੇ ਨੇ ਰੇਟ ਵੀ ਤੁਸੀਂ ਚੈੱਕ ਕਰ ਰਹੇ ਨੇ ਹਰ ਇੱਕ ਚੈਨਲ ਤੇ ਜਨਾਬ ਰੇਟ ਤੁਸੀਂ ਚੈੱਕ ਕਰਦੇ ਨੇ ਇਨਸ਼ਾਅੱਲਾ ਤਾਲਾ ਮੁਨਾਸਬ ਰੇਟਾਂ ਦੇ ਵਿੱਚ ਤੁਹਾਨੂੰ ਜਨਾਬ ਗਿਲਾ ਨਹੀਂ ਗੋਰਮ ਤੋਂ ਹੀ ਮਿਲਣਗੇ ਇਨਸ਼ਾਅੱਲਾ ਇਹ ਜੀ ਚੈੱਕ ਕਰ ਸਕਦੇ ਨੇ ਤੀਸਰਾ ਨੰਬਰ ਤੇ ਉਸ ਤੋਂ ਬਾਅਦ ਜਨਾਬ ਬ੍ਰਾਊਨ ਮੱਖੀ ਚੀਨੇ ਦੇ ਵਿੱਚ ਆ ਗਿਆ ਸਫੈਦ ਤਲ ਘਾਟੇ ਵੀ ਬ੍ਰੋਨ ਜ਼ਿਆਦਾ ਹੈ ਪਿਆ ਜਨਾਬ ਇਹ ਚੈੱਕ ਕਰ ਸਕਦੇ ਨੇ ਚੌਥੇ ਨੰਬਰ ਤੇ ਆ ਗਿਆ ਇਹਦੀ ਵੀ 4 ਤੋਂ 5 ਮਹੀਨੇ ਉਮਰ ਹੈ ਕਨਫਰਮ ਜਨਾਬ ਦੋ ਦੰਦ ਹੋਣ ਵਾਲੇ ਜਾਨਵਰ ਨੇ ਕੁਰਬਾਨੀ 2023 ਦੀ ਤੇ ਜਨਾਬ ਇਹ ਤੁਨ ਚੈੱਕ ਕਰਾ ਰਹੇ ਆ ਤਸੱਲੀ ਨਾਲ ਤੁਸੀਂ ਜਾਨਵਰ ਚੈੱਕ ਕਰਨਾ ਇਕੱਠੀ ਲਾਟ ਦਾ ਰੇਟ ਜੇ ਅਗਰ ਕੱਲਾ ਕੱਲਾ ਖਰੀਦ ਸੋ ਤੇ ਕੱਲੇ ਕੱਲੇ ਦਾ ਅਲੱਦਾ ਰੇਟ ਹੋਣਾ ਜੇ ਇਹ ਨਹੀਂ ਕਿ ਜਨਾਬ 2 ਸਨ ਵਜ਼ਰ ਭਾਈ ਦੇ ਦਿਓ 3 ਦੇ ਦਿਓ 2 3 ਦਾ ਰੇਟ ਅਲੱਦਾ ਹੋਣਾ ਬਾਕੀ ਇਹ ਜਨਾਬ ਚੈੱਕ ਕਰ ਸਕਦੇ ਨੇ ਚੌਥੇ ਨੰਬਰ ਤੇ ਆ ਗਿਆ ਲੋ ਜਨਾਬ ਉਸ ਤੋਂ ਬਾਅਦ ਪੰਜਵੇਂ ਨੰਬਰ ਤੇ ਆ ਗਿਆ ਜਨਾਬ ਲੁੜਕਿਆਂ ਵਾਲਾ ਜਨਾਬ ਜਾਨਵਰ ਐਪੀਆ ਬਰਕਤ ਵਾਲਾ ਜਨਾਬ ਜਾਨਵਰ ਇਹ ਜਨਾਬ ਬਰਕਤਾਂ ਵਾਲਾ ਜਾਨਵਰ ਹੈ ਜਨਾਬ ਚੈੱਕ ਕਰ ਸਕਦੇ ਨੇ ਥੋੜੇ ਉੱਚੇ ਸਿੰਗਾ ਦੇ ਵਿੱਚ ਅਕੇ ਲੜਕਿਆਂ ਤੋਂ ਚੈੱਕ ਕਰਾ ਦੀ ਵੀ ਹੈ ਬਰਕਤ ਵਾਲੇ ਜਾਨਵਰ ਹੁੰਦੇ ਨੇ ਜਮਾਨਦਰ ਹੁੰਦੇ ਨੇ ਕੋਈ ਨੁਕਸਾਬ ਨਹੀਂ ਹੁੰਦਾ ਇਹ ਜਨਾਬ ਕੰਨਾਂ ਦੀ ਚੁੜਾਈ ਮਾਸ਼ਾਅੱਲਾ ਲਾਪਰ ਚੰਗੇ ਨੇ ਬਰੀਕ ਜੇਲ ਦੇ ਵਿੱਚ ਵਧਣ ਵਾਲੀ ਚੀਜ਼ ਹੈ 4 ਤੋਂ 5 ਮਹੀਨੇ ਦੀ ਵੀ ਉਮਰ ਹੈ ਭਾਈ ਇਹ ਜਨਾਬ ਆ ਗਿਆ 5ਵੇਂ ਨੰਬਰ ਤੋਂ 6ਵੇਂ ਨੰਬਰ ਤੋਂ ਤੇ 7ਵੇਂ ਨੰਬਰ ਤੋਂ ਚੈੱਕ ਕਰਾ ਦੇਣਾ ਤੁਹਾਨੂੰ ਪਤਾ ਹੋਵੇ ਕਿ ਜਨਾਬ ਕਿਹੜੇ ਕਿਹੜੇ ਜਾਨਵਰ ਇੱਕ ਇੱਕ ਕਰਕੇ ਚੈੱਕ ਕਰਾਉਣ ਦਾ ਮਕਸਦ ਇਹ ਹੁੰਦਾ ਕਿ ਤੁਹਾਨੂੰ ਪਤਾ ਹੋਵੇ ਕਿਹੜਾ ਕਿਹੜਾ ਜਾਨਵਰ ਸੀ ਖਰੀਦ ਰਹੇ ਹਨ ਉਸ ਤੋਂ ਬਾਅਦ 6ਵੇਂ ਨੰਬਰ ਤੇ ਜਨਾਬ ਆ ਗਿਆ 6ਵੇਂ ਨੰਬਰ ਤੇ ਇਹ ਸਫੈਦ ਅਲ ਦਾ ਮੱਖੀ ਜੀ ਨੇ ਪੀਲੇ ਮੱਖੀ ਜੀ ਨੇ ਬ੍ਰਾਂਡ ਦੇ ਵਿੱਚ ਇਹ ਜਨਾਬ ਚੈੱਕ ਕਰ ਸਕਦੇ ਨੇ ਚੀਜ਼ ਤੁਹਾਡੀ ਅੱਖਾਂ ਦੇ ਸਾਹਮਣੇ ਤੇ ਰੇਟ ਵੀ ਬਿਲਕੁਲ ਮناسب ਇਸ ਤਰ੍ਹਾਂ ਦੇ ਰੇਟ ਜਨਾਬ ਮੈਂ ਇਸ ਸੀਜ਼ਨ ਦੇ ਵਿੱਚ ਪਹਿਲੀ ਦਫਾ ਲਾ ਰਿਹਾ ਇਹ ਜਨਾਬ 25 25000 ਦੇ ਵਿੱਚ ਮناسب ਰੇਟਾਂ ਦੇ ਵਿੱਚ ਜਨਾਬ ਇਹ ਆ ਗਿਆ 6ਵੇਂ ਨੰਬਰ ਤੇ ਤੇ ਇਹ ਜਨਾਬ ਲਾਸਟ ਨੰਬਰ ਤੇ ਆ ਗਿਆ ਲਾਲ ਮੱਖੀ ਜੀ ਨੇ ਬ੍ਰਾਂਡ ਦੇ ਵਿੱਚ ਇਹ ਜਨਾਬ ਚੈੱਕ ਕਰ ਸਕਦੇ ਨੇ ਇਹ ਲਾਸਟ ਨੰਬਰ ਤੇ ਆ ਗਿਆ ਹੁਣ ਤੁਹਾਨੂੰ ਸਾਦੇ ਸਾਥ ਇਕੱਠੇ ਜਾਣ ਵਾਸਤੇ ਚੈੱਕ ਕਰਾ ਕੇ ਤੇ ਦੋਸਤਾਂ ਨੂੰ ਇਜਾਜ਼ਤ ਚਾਹਨੇ ਹੈ ਜਨਾਬ ਲਾਸਟ ਨੰਬਰ ਸਤਵੇਂ ਤੇ ਆ ਗਿਆ ਲਾਲ ਮੱਖੀ ਚੀਨਾ ਬਿਹਤਰੀਨ ਜਨਾਬ ਚੀਜ਼ ਹੈ ਉਸ ਤੋਂ ਬਾਅਦ ਜਨਾਬ ਇੱਕ ਖਵਾ ਪਵਾ ਕੇ ਤੁਹਾਨੂੰ ਚੈੱਕ ਕਰਾ ਦੇਵਾਂ ਤੁਹਾਨੂੰ ਪਤਾ ਚੱਲੇ ਕਿ ਐਕਟਿਵ ਔਰ ਸਿਹਤਮੰਦ ਜਨਾਬ ਜਾਨਵਰ ਨੇ ਪਾਇ ਉਤਾ ਜਾ ਥੋੜਾ ਜਿਹਾ ਉਤਾ ਉਤਾ ਚਾ ਜੰਤਰ ਉਪਤਾ ਕਰ ਇਹ ਜਨਾਬ ਚੈੱਕ ਕਰੋ ਐਕਟਿਵ ਖਾਣ ਪੀਣ ਵਾਲੀਆਂ ਚੀਜ਼ਾਂ ਸਾਫ਼ ਔਰ ਸੁਥਰੇ ਜਨਾਬ ਮੁਖ ਸਾਹਿਬ ਦੀ ਸਾਡੀ ਗਰੰਟੀ ਹੋਸੀ ਜਿਸ ਮੇਰੇ ਵੀਰ ਦੋਸਤ ਨੂੰ ਚਾਹੀਦੇ ਹੋਵੇ ਰਾਬਤਾ ਕਰ ਸਕਦਾ ਰਾਬਤਾ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਹੈ ਕਾਰਗੋ ਦੀ ਸਹੂਲਤ ਪੂਰੇ ਪਾਕਿਸਤਾਨ ਵਿੱਚ ਹੈ ਜਿਹੜੇ ਸ਼ਹਿਰ ਹੈ ਅਕਸੂਸ ਸ਼ਹਿਰ ਕਾਰਗੋ ਕਰਾ ਦੇਵਾਂਗੇ ਬਾਕੀ ਦੋਸਤੋ ਅੱਜ ਦੀ ਵੀਡੀਓ ਇਤਨੇ ਤੱਕ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਦੋਸਤੋ ਵੀ ਸ਼ੇਅਰ ਕਰਨਾ ਅਸਲਾਮੁਅਲੈਕਮ